ਗੁਰਦਾਰ ਜੀ, ਜਦੋਂ ਤੁਸੀਂ ਡਫਲੀ ਫੜੀ, ਡਫਲੀ ਨੂੰ ਅਪਣਾਇਆ ਅਤੇ ਆਪਣੇ ਉਹਨੂੰ ਥਾਂ ਦਿੱਤੀ, ਉਦੋਂ ਤੂੰਬੀ ਦਾ ਯੁੱਗ ਸੀ ਮੇਰੇ ਖਿਆਲ, ਤੂੰਬੀ ਅਤੇ ਜੀ ਜ਼ਿਆਦਾ ਜੀ ਗੀਤ, ਜੀ ਲਾਲ ਚੰਦ ਇਹ ਯੁੱਗ ਡਫਲੀ ਜੰਮਲਾ ਜੀ ਕਿਸ ਤਰ੍ਹਾਂ ਇਹ ਤੁਹਾਡੇ ਹੱਥ 'ਚ ਆਈ? ਇਹ ਵੀ ਮੇਰਾ ਖਿਆਲ ਹੈ ਸਹਿਜ ਆਪਣੇ ਆਪ ਸੰਯੋਗ ਵਿਯੋਗ ਦੋਏ ਕਾਰ ਚਲਾਵੇ ਲੇਖੇ ਆਵੇ ਭਾਗ ਵਾਲੀ ਬਾਤ। ਹਾਂਜੀ, ਤਾਂ ਡਫਲੀ ਮੇਰੇ ਭਾਗਾਂ 'ਚ ਆਈ। ਹਾਕਮ ਸੂਫੀ ਜੀ ਦੇ ਨਾਲ ਇੱਕ ਮੁੰਡਾ ਆਇਆ ਸੀ ਅੱਛਾ ਪਟਿਆਲੇ, ਅੱਛਾ ਉਹਨੇ ਤੂੰਬੀ ਲੈਣੀ ਸੀ। ਤੁਸੀਂ ਉਦੋਂ ਕਿੱਥੇ ਸੀ? ਪਟਿਆਲੇ? ਪਟਿਆਲੇ ਸੀਗਾ ਮੈਂ ਉਦੋਂ, ਪਟਿਆਲੇ ਰਹਿੰਦੇ ਸੀ? ਹਾਂਜੀ ਹਾਂਜੀ। ਸੋ ਪਟਿਆਲੇ ਉਹ ਵੀ ਮੇਰੇ ਕੋਲ ਆਏ ਹੋਸਟਲ 'ਚ, ਤੂੰਬੀ ਦਾ ਮਾਣ ਕੇ ਜਮਲਾ ਸਾਰੇ। ਹਾਂਜੀ, ਉਹ ਤੂੰਬੀ ਲੈਣ ਵਾਸਤੇ ਆਏ ਸੀ, ਕਹਿੰਦੇ ਮੈਂ ਇੱਥੋਂ ਤੂੰਬੀ ਲੈਣੀ ਆ। ਅੱਛਾ, ਅਤੇ ਅਸੀਂ ਚਲੋ ਬਈ ਤੂੰਬੀ, ਅਸੀਂ ਨਾਗੀ ਦੀ ਦੁਕਾਨ 'ਤੇ ਲੈ ਗਏ ਜੀ ਉਹਨਾਂ ਨੂੰ। ਮਿਊਜ਼ਿਕ ਦੇ ਜਿਹੜੇ ਉਸ ਵੇਲੇ ਮਾਸਟਰ ਸੀਗੇ ਉਹਨਾਂ ਦੇ ਸਾਜ਼ ਜਿਹੜੇ ਲੋਕਾਂ ਤੱਕ ਬਹੁਤ ਪਹੁੰਚਦੇ ਸੀਗੇ, ਰਾਗੀ ਸਿੰਘਾਂ ਨੇ ਜਿੰਨੇ ਵੀ, ਉਹਨਾਂ ਦੇ ਹੀ ਬਾਜੇ ਬਣੇ ਹੁੰਦੇ ਸੀ। ਸੋ ਉੱਥੇ ਗਏ, ਉਹ ਤੂੰਬੀ ਚੈੱਕ ਕਰਨ ਲੱਗ ਗਏ, ਮੈਂ ਉੱਥੇ ਪਈ ਡਫਲੀ ਟੰਗੀ। ਅੱਛਾ, ਮੈਂ ਦੇਖਿਆ ਡਫਲੀ, ਮੈਂ ਚੱਕੀ ਉਹ, ਕਿਉਂਕਿ ਮੈਂ ਵੇਚ 'ਤੇ ਜੋ ਵੀ ਮੈਨੂੰ ਗਾਉਣਾ ਪੈਂਦਾ ਸੀ ਕਾਲਜ ਦੇ ਵਿੱਚ, ਕਲਾਸ ਦੇ ਵਿੱਚ ਜਦੋਂ ਵੀ ਉਹਨਾਂ ਨੂੰ ਕੋਈ ਮਾੜੀ ਮੋਟੀ ਵਿਹਲ ਮਿਲਣੀ ਸਾਰਿਆਂ ਨੂੰ, ਚੱਲ ਗੁਰਦਾਸ ਯਾਰ ਕੋਈ ਗੀਤ ਸੁਣਾ ਯਾਰ। ਅੱਛਾ, ਉਹ ਫਿਰ ਅਸੀਂ ਮੇਜ 'ਤੇ ਵਜਾ ਕੇ ਉਹਨੂੰ। ਅੱਛਾ, ਇੱਦਾਂ ਕਰਦੇ? ਠੀਕ ਹੈ, ਇਸ ਤਰ੍ਹਾਂ ਸ਼ੁਰੂ ਕਰ। ਉਹ ਮੇਰੇ ਅੱਟਣ ਪੈ ਜਾਂਦੇ ਸੀ ਇੱਥੇ। ਅੱਛਾ, ਉਹ ਮੈਂ ਡਫਲੀ ਦੇਖੀ, ਉਹ ਡਫਲੀ ਨੂੰ ਮੈਂ ਚੱਕ ਕੇ ਇਸ ਤਰ੍ਹਾਂ ਕੀਤਾ, ਉਹਦੇ 'ਤੇ ਠੋਲਾ ਜਿਹਾ ਮਾਰਿਆ, ਇੱਧਰ ਅੰਗੂਠੇ ਦੀ ਚੋਟ ਲੱਗੀ, ਇੱਦਾਂ ਲੱਗਿਆ ਕਿ ਜਿਵੇਂ ਡਗਾ ਹੁੰਦਾ ਇਹ ਹੱਥ, ਅੰਗੂਠਾ ਵੀ ਇਸ ਤਰ੍ਹਾਂ ਦਾ। ਉਹ ਮੈਨੂੰ ਕੋਈ ਚੀਜ਼ ਹੁੰਦੀ ਰੰਗ ਪੈਦਾ, ਹਾਂਜੀ ਹਾਂ, ਉਹਦੀਆਂ ਵਾਈਬ੍ਰੇਸ਼ਨ ਤੁਹਾਨੂੰ ਖਿੱਚ ਲੈਂਦੀਆਂ, ਚੰਗਿਆਈ ਆ ਚੰਗਿਆਈ ਨੂੰ ਖਿੱਚ ਲੈਂਦੇ ਆ, ਜਿਹੜੀ ਚੀਜ਼ ਤੁਹਾਨੂੰ ਪਸੰਦ ਆ ਉਹ ਰੰਗ ਨੇ ਖਿੱਚ ਲੈਣਾ ਤੁਹਾਨੂੰ, ਰੱਬ ਦੇ ਰੰਗ ਹੈ ਐਕਚੁਅਲੀ 'ਚ। ਉਹ ਫਿਰ ਉਹ ਮੈਨੂੰ ਐਂ ਲੱਗਿਆ ਕਿ ਉਹਦੇ 'ਚ ਇੱਕ ਆਂਸ ਜਿਹੜੀ ਗਮਕ ਜਿਹੜੀ ਉਹਦੇ ਮੈਨੂੰ ਮੈਨੂੰ ਮੈਂ ਉਹਦੇ 'ਤੇ ਮੋਹਿਤ ਹੋ ਗਿਆ। ਅੱਛਾ, ਮੈਨੂੰ ਐਂ ਲੱਗਿਆ, ਮੈਂ ਉਹਦੇ ਨਾਲ ਗਾ ਕੋਲ ਇੱਕ ਆਵਾਜ਼ ਕੱਢੀ, ਉਹ ਮੈਨੂੰ ਹੋਰ ਚੰਗੀ ਲੱਗੀ। ਅੱਛਾ, ਮੈਂ ਕਿਹਾ ਕਿੰਨੇ ਦੀ? ਕਹਿੰਦਾ 25 ਰੁਪਈਆਂ। ਠੀਕ ਹੈ, ਮੈਂ ਉਹ ਲੈ ਆ। ਅੱਛਾ, ਉਹ ਮੈਂ ਲਿਆ ਕੇ ਉਹਦੀ ਪ੍ਰੈਕਟਿਸ ਕਰਦਾ, ਨਾਲ ਗੀਤ ਗੁਣਗੁਣਾਉਣ ਲੱਗ ਗਿਆ, ਮੈਨੂੰ ਅੱਛਾ ਲੱਗਿਆ। ਇੱਕ ਬਿਲਕੁਲ ਈਜ਼ੀ ਵੇ ਹੋ ਗਿਆ, ਇੱਕ ਮੈਨੂੰ ਉਹਦੇ 'ਚੋਂ ਆਨੰਦ ਆਉਣ ਲੱਗ ਗਿਆ। ਇਸ ਨੂੰ ਸਟੇਜ 'ਤੇ ਮੰਚ 'ਤੇ ਬਹੁਤ ਪਿਆਰ ਕੀਤਾ, ਕਿਉਂਕਿ ਇਹ ਇੱਕ ਨਵਾਂ ਰੂਪ, ਕਿਉਂਕਿ ਤੂੰਬੀ ਅਜੇ ਵੀ ਮਤਲਬ ਗ੍ਰੇਟ ਹੈ। ਅੱਜ ਕੱਲ੍ਹ ਇੰਗਲਿਸ਼ ਮਿਊਜ਼ਿਕ ਦੇ ਵਿੱਚ ਵੀ ਤੂੰਬੀ ਦੀ ਵਰਤੀ ਔਰ ਢੋਲ ਦਾ ਡਰਮ ਦਾ ਆਪਣੀ ਇੱਕ ਉਸਨੇ ਮੁਕਾਮ ਹਾਸਲ ਕੀਤਾ, ਮਲਕੀ ਅਜੇ ਤੱਕ ਵੀ ਕਈ ਤੂੰਬੀ ਵਰਤਦੇ ਨੇ। ਜੀ ਜੀ ਜੀ, ਸੋ ਤੂੰਬੀ ਤਾਂ ਮਤਲਬ ਤੂੰਬੀ ਔਰ ਅਲਗੋਜ਼ੇ ਸਾਰੰਗੀ, ਇਹ ਸਾਡੇ ਮੇਰੇ ਖਿਆਲ ਸਾਜ਼ ਕਦੇ ਨਾ ਮੁੱਕਣ ਵਾਲੀਆਂ ਚੀਜ਼ਾਂ ਨੇ। ਇਹ ਤਾਂ ਤਰੋ ਤਾਜ਼ਗੀ ਹੈ, ਜਦੋਂ ਵੀ ਉਹ ਪਲੇ ਹੁੰਦੇ ਆ ਤੁਹਾਡੇ ਕੰਨਾਂ ਨੂੰ, ਤੁਹਾਡੇ ਦਿਲ ਨੂੰ ਸਕੂਨ ਪਹੁੰਚਦਾ। ਡਫਲੀ ਦੀ ਤਾਲ 'ਤੇ ਜਿਹੜੇ ਤੁਸੀਂ ਸੁਰ ਨਾਲ ਮਿਲਾ ਕੇ ਗੀਤ ਗਾਏ ਨੇ, ਉਹਨਾਂ 'ਚੋਂ ਕੋਈ ਆਪਣੀ ਮਨਪਸੰਦ ਹੈ ਜਿਹੜਾ ਸਭ ਤੋਂ ਚੰਗਾ ਲੱਗਦਾ ਤੁਹਾਨੂੰ, ਜਿਹੜਾ ਤੁਸੀਂ ਉਹਨੂੰ ਵਾਰ ਵਾਰ ਗੁਣਗੁਣਾਉਣ ਜੀ ਕਰਦਾ, ਉਹਦੀਆਂ ਕੋਈ ਕੁਛ ਲਾਈਨਾਂ ਸੁਣਾ ਦੇ ਕੋਈ? ਮੈਨੂੰ ਛੱਲਾ ਹਮੇਸ਼ਾ ਮੈਨੂੰ ਬਹੁਤ ਹੋਇਆ, ਵੀ ਮਕਬੂਲ ਵੀ ਬਹੁਤ ਹੋਇਆ ਛੱਲਾ। ਬੜੀ ਕਿਰਪਾ ਹੋਈ ਉਹਦੇ ਛੱਲੇ ਦੀ ਬਦੌਲਤ, ਪਤਾ ਨਹੀਂ ਕਿੰਨੇ ਗਹਿਣੇ ਬਣੇ ਨੇ, ਪਤਾ ਨਹੀਂ ਕੀ ਕੁਛ ਬਣ ਗਿਆ ਛੱਲਾ। ਕਿਆ ਬਾਤ, ਧੂਪ ਆਉਂਦਾ ਅੰਦਰ। ਜੀ ਜੀ, ਔਰ ਛੱਲਾ ਜਿਹੜਾ ਉਹਦਾ ਸਿਰਾ ਕੋਈ ਨਹੀਂ ਦੇਖ, ਗੋਲ ਹੁੰਦਾ, ਗੋਲ ਹੁੰਦਾ, ਔਰ ਜਿਹੜੀ ਚੀਜ਼ ਗੋਲ ਹੋਵੇ ਉਹਦਾ ਸਿਰਾ ਲੱਭਣਾ ਮੁਸ਼ਕਿਲ। ਕੋਈ ਮੋੜ ਲਿਆ ਬੋ ਨੀ ਮੇਰੇ ਨਾਲ ਗਿਆ ਜੱਜ ਲੜਕੇ, ਅੱਲਾ ਕਰੇ ਜਿਆ ਜਾਵੇ ਸੋਹਣਾ ਜਾਨ ਕਦਮਾ ਵਿੱਚ ਤਰਕੇ, ਉਹ ਛੱਲਾ ਬੇਰੀ ਪੂਰੇ ਬਤਨ ਮਾਈ ਦਾ ਦੂਰੇ ਦੇ ਜਾਣਾ ਪਹਿਲੇ ਪੂਰੇ ਦੇ ਗੱਲ ਸੁਣ ਛੱਲਿਆ ਛੋਰਾ ਬੇਕਾ ਦਾ ਲਾਇਆ ਚੋਰਾ।